ਸਮਰਾਲਾ ਦੇ ਪਿੰਡ ਨਾਗਰਾ 'ਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਇੱਕ ਪਰਿਵਾਰ ਬੰਦ ਕਮਰੇ 'ਚ ਅੰਗੀਠੀ ਲਾ ਕੇ ਤੇ ਸੋ ਗਿਆ। ਸਵੇਰੇ ਆਸ-ਪਾਸ ਦੇ ਲੋਕਾਂ ਨੇ ਦਰਵਾਜ਼ਾ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ। ਇਹ ਬੰਦ ਕਮਰੇ 'ਚ ਬੇਹੋਸ਼ ਪਏ ਸੀ। ਇਸ ਦੌਰਾਨ ਜਦ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ 2 ਸਾਲਾਂ ਬੱਚੀ ਨੂੰ ਮ੍ਰਿਤ ਐਲਾਨ ਕਰ ਦਿੱਤਾ। ਉਸ ਨੂੰ ਜ਼ਹਿਰੀਲੀ ਗੈਸ ਚੜ ਗਈ ਸੀ। ਪਤੀ ਪਤਨੀ ਦੀ ਹਾਲਤ ਵੀ ਇੱਥੇ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ। ਘਟਨਾ ਜੀ ਇਹ ਹੈਗੀ, ਮਤਲਬ ਰੋਟੀ ਖਾ ਕੇ 8 ਵਜੇ ਅਸੀਂ ਪੈ ਗਏ ਸੀਗੇ। ਮੈਂ ਪਏ ਵੀ ਨਹੀਂ ਸੀਗੇ, ਮਤਲਬ ਸੇਕਦੇ ਸੀਗੇ, ਅਤੇ ਮੁੰਡਾ ਮੇਰਾ ਖੇਡਦਾ ਸੀਗਾ। ਖੇਡਦਾ ਖੇਡਦਾ ਉਹ ਕਹਿੰਦਾ ਵੀ ਪਾਪਾ ਮੈਨੂੰ ਜ਼ੋਰ ਲਾਉਣ ਲੱਗ ਗਿਆ, ਚੱਲ ਘਰ ਵਾਲੀਆਂ ਚੱਲ ਦੁੱਧ ਮੰਗਦਾ ਹੋਊਗਾ ਵੀ ਚੱਲ ਦੁੱਧ ਵੀ ਪਿਲਾ ਦਿੰਦੀ, ਸੌਣਾ ਵੀ ਸੌਣ ਦਾ ਟਾਈਮ ਦਾ, ਉਹ ਦੁੱਧ ਪੀਂਦਾ ਪਿਆ, ਲੈਟਰਿੰਗ ਕਰ ਲਈ ਅਤੇ ਜ਼ੋਰ ਲਾਉਂਦਾ ਖਾ ਸਕਦਾ ਸੀਗਾ ਵੀ ਚੱਲ ਵੀ ਅਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ, ਤਾਂ ਕਰਕੇ ਵੀ ਮੱਕੀ ਰੋਟੀ ਨਾ ਹੋ ਜਾਂਦੀ ਗੀ, ਪਰ ਕੀ ਪਤਾ ਤਾਂ ਹੋ ਗਈ ਹੋਵੇ। ਚੱਲ ਉਹ ਥੋੜ੍ਹੇ ਕੁਤਬਈ ਕਾ ਹਜੇ ਫਿਰਦਾ, ਉਹਦਾ ਦੰਦ ਜਿਹੇ ਦੱਬਣ ਲੱਗ ਗਿਆ ਆਪਣੇ। ਜਾਣ ਨੂੰ ਘਰ ਵਾਲੀ ਡਿੱਗੀ, ਮੈਂ ਫੋਨ ਚੱਕ ਕੇ ਜਾਣ ਨੂੰ ਫੋਨ ਕਰਕੇ ਹਟਿਆ, ਜਾਣ ਨੂੰ ਮੇਰੇ ਚੁੱਕਿਆ, ਉਹਨੂੰ ਗੇਟ ਨੂੰ ਹੱਥ ਪਾਉਣ ਲੱਗਿਆ, ਜਾਣ ਨੂੰ ਮੈਂ ਵੀ ਡਿੱਗ ਗਿਆ ਉੱਥੇ। ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ? ਧੂੰਆਂ ਨਹੀਂ ਸੀ, ਮੈਂ ਗਿੱਟੀ ਝਾੜਦੀ ਸੀ ਨਾ, ਅੱਗੇ ਧੂੰਆਂ, ਮੈਂ ਸੇਕ ਜ਼ਿਆਦਾ ਅੰਦਰ ਇਕੱਠਾ ਹੋ ਗਿਆ ਸੀ ਸਾਰੇ, ਕੋਈ ਦਰਵਾਜ਼ਾ ਨਹੀਂ ਖੁੱਲ੍ਹਾ ਸੀਗਾ। ਗਿੱਟੀ ਨਾਲ ਸੇਕ ਰਹੇ ਸੀਗੇ? ਹਾਂਜੀ, ਗਿੱਟੀਆਂ ਸੇਕ ਰਹੇ ਸੀ। ਕੁੰਡੇ ਵਗੈਰਾ ਲੱਗੇ ਹੋਏ? ਕੁੰਡੇ ਵਗੈਰਾ ਲੱਗੇ ਸੀਗੇ। ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ? ਉਹਦਾ ਗੈਸ ਚੜ ਗਈ। ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈ ਆ? ਪੁਲਿਸ ਨੇ ਆ ਕੇ ਕੁੰਡਾ ਤੋੜਿਆ? ਕਿਹਨੇ ਤੋੜਿਆ ਕੁੰਡਾ ਜੀ? ਮਤਲਬ ਤੋੜਿਆ ਜੀ, ਜੋ ਸਾਨੂੰ ਕਿਸੇ ਨੇ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ, ਮੈਂ ਲਿਬੜਿਆ ਹੋਈ ਸਾਰਾ ਕੱਪੜੇ, ਅਤੇ ਮੈਨੂੰ ਜਦੋਂ ਦੇਖਿਆ ਵੀ ਹਾਂ ਮੇਰਾ ਮੁੰਡਾ ਉਹਨੇ ਚੱਕਿਆ ਹੋਇਆ, ਮੈਂ ਉਹਨੂੰ ਪੁੱਛਿਆ ਮੁੰਡਾ ਮੇਰਾ ਕੀ, ਕਹਿੰਦਾ ਠੀਕ ਆ ਮੁੰਡਾ ਜੀ। ਜਦੋਂ ਇੱਥੇ ਆਏ ਮੌਕੇ 'ਤੇ, ਮਤਲਬ ਜਦੋਂ ਉੱਥੇ 32 ਜਮਾਂ ਅਸੀਂ ਵਾਪਸ ਆਏ ਹਾਂ, ਜਦੋਂ ਪਤਾ ਲੱਗਿਆ ਮੁੰਡਾ ਵੀ ਪੂਰਾ ਹੋ ਗਿਆ ਜੀ। ਅਤੇ ਕੱਲ੍ਹ ਰਾਤੀ ਜੀ ਮੇਰੇ ਬ੍ਰਦਰ ਹੋਣੀ ਨਾ ਰੋਟੀ ਵਗੈਰਾ ਖਾ ਕੇ, ਮਤਲਬ ਕੋਲਾ ਅੰਗੀਠੀ ਸੇਕਦੇ ਸੀਗੇ, ਉਹ ਸੇਕਦੇ ਸੇਕਦੇ ਕਮਰੇ 'ਚ ਲਿਆਏ, ਅਤੇ ਉਸ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ। ਦਰਵਾਜ਼ਾ ਬੰਦ ਕਰਨ ਤੋਂ ਬਾਅਦ ਕਿ ਉਸ ਟਾਈਮ ਬਾਅਦ ਨਾ, ਮਤਲਬ ਕਾਫੀ ਟਾਈਮ ਬਾਅਦ ਮੁੰਡਾ ਥੋੜ੍ਹਾ ਜਿਹਾ ਅਪਸੈਟ ਜਿਹਾ ਮਤਲਬ ਹੋ ਗਿਆ, ਅਤੇ ਲੱਗਿਆ ਵੀ ਉਹਨੂੰ ਅੱਗੇ ਵੀ ਐਂ ਕਦੇ ਲੈਟਰਿੰਗ ਆ ਰਹੀ ਆ, ਅਤੇ ਭਾਈ ਦੀ ਵਾਈਫ ਨੂੰ, ਅਤੇ ਲਿਜਾ ਦਾ ਉਹਨੇ ਮਤਲਬ ਇੱਕ ਮਤਲਬ ਉੱਠਣ ਲੱਗੀ, ਇੱਕੋ ਲੱਖ ਤੋਂ ਉਹ ਗਿਰ ਗਈ। ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ, ਦਰਵਾਜ਼ਾ ਖੋਲ੍ਹਣ ਲੱਗਿਆ ਜੀ, ਇਹ ਵੀ ਗਿਰ ਗਿਆ। ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ, ਕਿੰਨੇ ਕੁ ਟਾਈਮ ਬਾਅਦ ਗਿਰਿਆ ਜਾਂ ਕੁਛ, ਉਹ ਕਹਿ ਨਹੀਂ ਸਕਦੇ ਜੀ। ਮੌਕੇ 'ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜਿਹੜਾ ਉੱਥੇ? ਮੌਕੇ 'ਤੇ ਪਹੁੰਚ ਕੇ ਇਹੀ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਸੀਗਾ ਮੈਂ ਗੇਟ ਤੋਂ, ਇੱਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ, ਅਤੇ ਇੱਦਾਂ ਇੱਦਾਂ ਕਰਕੇ ਤੁਹਾਡੇ ਭਰਾ ਅਤੇ ਤੁਹਾਡੀ ਬੱਚਾ ਤੁਹਾਡਾ ਉੱਠਦੇ ਨਹੀਂ ਵੇ 3 ਜਣੇ, ਵੀ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਧਾ ਸੀਗਾ, ਵੀ ਹੁਣ ਮਤਲਬ ਡਾਵਾਂਡੋਲ ਹੋਏ ਪਏ ਨੇ, ਵੀ ਤੁਸੀਂ ਫਟਾਫਟ ਆ ਜਾਓ, ਬੱਚਾ ਤੁਹਾਡਾ ਹਿਲਚੁਲ ਨਹੀਂ ਕਰਦਾ ਹੈਗਾ। ਮੈਂ ਮੰਨ ਲਓ 3-4 ਮਿੰਟ 'ਚ ਵੱਧ ਤੋਂ ਵੱਧ ਗੱਡੀ ਮੇਰੀ ਬਾਹਰੇ ਖੜ੍ਹੀ ਸੀਗੀ ਅਤੇ ਅੰਦਰ ਲਾਉਣ ਲੱਗਿਆ ਸੀਗਾ। ਇੱਕ ਨੇ ਮੈਂ ਨਾਗਰਿਆਂ ਗਿਆ ਪਿੰਡ, ਜਾਂਦੇ ਸਾਰ ਕੀ ਦੇਖਦਾ ਵੀ ਉੱਤੇ ਪੁਲਿਸ ਪਾਰਟੀ ਖੜ੍ਹੀ ਆ, ਅਤੇ ਪਿੰਡ ਵਾਲੇ ਇਕੱਠੇ ਹੋਏ ਖੜ੍ਹੇ ਸੀਗੇ। ਮੈਂ ਕਿਹਾ ਜੀ ਵੀ ਕਿੱਥੇ ਨੇ? ਕਹਿੰਦੇ ਵੀ ਇਹ ਗੱਡੀ 'ਚ ਨੇ। ਮੈਂ ਹੀ ਚਲੋ ਫਟਾਫਟ, ਅਤੇ ਉੱਥੋਂ ਪੁਲਿਸ ਪਾਰਟੀ ਖੜ੍ਹੀ ਸੀ, ਅਤੇ ਜਾਨੂੰ ਮੈਂ ਮਤਲਬ ਲੰਘੇ ਅਸੀਂ ਉੱਥੋਂ ਹਸਪਤਾਲ ਆ ਕੇ, ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ, ਉਹਨਾਂ ਨੇ ਗਾਹਾਂ ਰੈਫਰ ਕਰਤਾ ਜੀ। ਬੱਚਾ ਕਿੰਨੀ ਦੇਰ ਦਾ ਸੀਗਾ ਜੀ? ਬੱਚਾ ਜੀ ਡੈਥ ਹੋ ਗਈ ਉਹਦੀ? ਹਾਂਜੀ, ਉਹ ਬੱਚੇ ਦੀ ਮੌਕੇ ਦੀ ਸੁਣਿਆ ਜੀ, ਉੱਥੇ ਹੀ ਡੈਥ ਹੋ ਗਈ ਸੀਗੀ ਇੱਥੇ। ਕਾਰਨ ਕੀ ਲੱਗਦਾ ਜਿਹੜਾ? ਕਾਰਨ ਤਾਂ ਜੀ ਅੰਗੀਠੀ ਹੋਇਆ ਜੀ, ਮਤਲਬ ਕੋਲਾ ਇਹਨਾਂ ਨੇ ਨੇੜੇ ਵਰਤ ਲਿਆ ਜੀ।
ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ, ਕੁੰਡੇ ਅੰਦਰੋਂ ਲੱਗੇ ਹੋਏ ਸੀਗੇ ਜੀ ਪਿੰਡ ਵਾਲਿਆਂ ਨੇ, ਤੇ ਕੋਠੀ ਜਿਹੜਾ ਮਾਲਕ ਸੀਗਾ ਉਹਨੇ ਤੋੜੇ ਨੇ ਜੀ ਆ ਪਾ ਕੇ। ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ, ਜਦ ਇਹਨੇ ਫੋਨ ਕੀਤਾ ਵੀ ਮੇਰਾ ਮੁੰਡਾ ਢਿੱਲਾ ਹੋ ਗਿਆ, ਇਹਨੇ ਇਹ ਨਹੀਂ ਦੱਸਿਆ ਵੀ ਮੈਂ ਵੀ ਮਤਲਬ ਹੋ ਗਿਆ ਜਾਨੂੰ ਅਤੇ ਜਾਂ ਮੁੰਡਾ। ਜਦ ਉਹਨਾਂ ਨੇ ਆ ਕੇ ਦੇਖਿਆ ਪਹਿਲਾਂ ਅਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂ ਗਾ, ਫਿਰ ਕੋਠੇ ਦੇ ਗਵਾਂਢੀਆਂ ਨੇ ਪੌੜੀ 'ਚ ਮੰਗ ਕੇ ਚੜ੍ਹ ਕੇ ਗਏ। ਜਦ ਉਹਨਾਂ ਨੇ ਦੇਖਿਆ ਵੀ ਇਹ ਤਿੰਨੇ ਜਾਣੇ ਫਰਸ਼ 'ਤੇ ਗਿਰੇ ਪਏ ਨੇ, ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਠਾਲਿਆ, ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀਗੀ, ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ, ਬੱਚਾ ਤਾਂ ਵਿਚਾਰਾ ਜਮੀ ਕੋਈ ਹਿੱਲ ਚੁੱਲ ਕਰੇ ਨਹੀਂ ਰਿਹਾ ਸੀਗਾ ਜੀ। ਅਮੋਲਕ ਸਿੰਘ ਅਤੇ ਉਹਦੀ ਪਤਨੀ ਸੀਗੀ ਸੁਮਨਪ੍ਰੀਤ, ਉਹਨੇ ਨਾ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ, ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਅੰਗੀਠੀ ਬਾਲ ਕੇ ਰੱਖ ਲਈ ਅੰਦਰ, ਉਹ ਅੰਗੀਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ ਗਿਰ ਗਏ, ਉਲਟੀਆਂ ਵਗੈਰਾ ਉਹਨਾਂ ਨੂੰ ਲੱਗ ਗਈਆਂ। ਜਦੋਂ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ। ਉਹ ਬੱਚੇ ਦੀ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ, ਉਹਦੀ ਤਾਂ ਡੈਥ ਹੋ ਗਈ ਹੈ। ਦੂਜੇ ਬੰਦੇ 32 'ਚ ਰੈਫਰ ਕਰ ਦਿੱਤੇ ਸੀਗੇ, ਲੇਕਿਨ ਹੁਣ ਉਹ ਠੀਕ ਨੇ। ਕੁੰਡਾ ਲਾ ਲਿਆ, ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਠੀ ਦਾ ਜਿਹੜਾ ਕੋਲਿਆਂ ਦਾ ਗੈਸ ਬਣ ਗਈ ਆ ਉਹਨਾਂ ਦੇ। ਮੌਕੇ ਤੇ ਪਹੁੰਚ ਕੇ ਦਰਵਾਜ਼ੇ ਵਗੈਰਾ ਤੋੜ ਕੇ ਕੱਢੇ ਗਏ? ਬਿਲਕੁਲ ਜੀ, ਮੌਕੇ ਤੇ ਜਦੋਂ ਪਹੁੰਚੇ ਨਾ ਉੱਥੇ ਲੋਕਾਂ ਦਾ ਵੀ ਇਕੱਠ ਹੋ ਗਿਆ ਸੀ। ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਾਹੀਂ ਅੰਦਰ ਵੜ ਕੇ ਉਹਨਾਂ ਦੇ ਦਰਵਾਜ਼ੇ ਭੰਨੇ, ਤਾਂ ਜਾ ਕੇ ਉਹ ਕੁੰਡੇ ਵਗੈਰਾ ਦਰਵਾਜ਼ੇ ਤੋੜ ਕੇ ਫਿਰ ਬੰਦੇ ਕੱਢੇ।